ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ ਢੱਕਣ ਕੂਪਤ ਮੇਰੀ ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ ਮਨ ਮੈਂ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਾਰ ਕੀਰਤਨ ਕਾ ਹਾਰ ਹਾਰ ਦਿਹੋ ਨਾਨਕ ਕੇ ਮੀਤ ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾਂ ਬਦ ਬਖਤ ਹਮ ਚੂਬਾਖੀਲ ਗਾਫਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚੱਕਰਾਂ ਪਾਖਾਕ ਪ੍ਰਭ ਦਾਤੋ ਦਾਤਾਰ ਪਰਿਓ ਜਾਚਕੀਕ ਸ਼ਰਣਾ ਮਿਲੈ ਦਾਨ ਸੰਤਰੇਨ ਜਿਹ ਲਾਗ ਭਵਜਲ ਤਰਣਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹੋ ਦਰਸ਼ ਮਨ ਚਾਉ ਭਗਤ ਇਹ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਸਤਨਾਮ
ਧੰਨ ਵਾਹਿਗੁਰੂ ਸਾਹਿਬ ਜੀ। ਆਪ ਭੁਲਾਏ ਕਿਸ ਕਹੋਂ ਜਾਏ, ਗੁਰ ਮਿਲੇ ਬਿਰਥਾ ਕਹੋਂ ਮਾਏ। ਅਵਗੁਣ ਛੋਡੋਂ ਗੁਣ ਕਮਾਏ, ਗੁਰ ਸ਼ਬਦੀ ਰਾਤਾ ਸਚ ਸਮਾਏ। ਆਪ ਭੁਲਾਏ ਕਿਸ ਕਹੋਂ ਜਾਏ, ਗੁਰ ਮਿਲੇ ਬਿਰਥਾ ਕਹੋਂ ਮਾਏ। ਅਵਗਣ ਛੋਡੋਂ ਗੁਣ ਕਮਾਏ, ਗੁਰ ਸ਼ਬਦੀ ਰਾਤਾ ਸੱਚ ਸਮਾਏ। ਸਤਿਗੁਰ ਮਿਲਿਆ ਮਤ ਉਤਮ ਹੋਏ, ਮਨ ਨਿਰਮਲ ਹਉਮੈ ਕੱਢੈ ਧੋਇ। ਸਦਾ ਮੁਕਤ ਬੰਦ ਨਾ ਸਕੈ ਕੋਏ, ਸਦਾ ਨਾਮ ਵਖਾਣੈ ਔਰ ਨਾ ਕੋਇ। ਮਨੋ ਹਰ ਕੈ ਭਾਣੈ ਆਵੈ ਜਾਏ, ਸਭ ਮਹਿ ਇੱਕੋ ਕਿਸ ਕਹਿਣ ਨਾ ਜਾਏ। ਸਭ ਹੁਕਮੋ ਵਰਤੈ ਹੁਕਮ ਸਮਾਏ, ਦੁਖ ਸੁਖ ਸਭ ਤਿਸ ਰਜ਼ਾਏ। ਤੂੰ ਅਭੁੱਲ ਨਾ ਭੁੱਲੋ ਕਦੇ ਨਾਹੀਂ, ਗੁਰ ਸ਼ਬਦ ਸੁਣਾਏ ਮਤ ਅਗਾਹ। ਤੂੰ ਮੋਟੋ ਠਾਕੁਰ ਸ਼ਬਦ ਮਾਹੀਂ, ਮਨ ਨਾਨਕ ਮਾਨਿਆ ਸੱਚ ਸਲਾਹ। ਤੂੰ ਅਭੁੱਲ ਨਾ ਭੁੱਲੋ ਕਦੇ ਨਾਹੀਂ, ਗੁਰ ਸ਼ਬਦ ਸੁਣਾਏ ਮਤ ਅਗਾਹ। ਤੂੰ ਮੋਟੋ ਠਾਕੁਰ ਸ਼ਬਦ ਮਾਹੀ, ਮਨ ਨਾਨਕ ਮਾਨਿਆ ਸੱਚ ਸਲਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਰਹਿਮਤਾਂ ਦੇ ਸਾਗਰ ਵਾਲੀ ਦੋ ਜਹਾਨ ਲੋਕ ਪ੍ਰਲੋਕ ਦੇ ਰਾਖੇ, ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਔਰ ਜ਼ਾਹਰ ਪੀਰ ਜਗਤ ਗੁਰ ਬਾਬਾ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਇਤਿਹਾਸਿਕ ਅਸਥਾਨ ਗੁਰਦੁਆਰਾ ਦਮਦਮਾ ਸਾਹਿਬ ਵਿਖੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ
ਨਤਮਸਤਕ ਹੋ ਕੇ ਹਾਜ਼ਰੀਆਂ ਭਰ ਰਹੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਵਡਭਾਗੇ ਹਾਂ ਜਿਨ੍ਹਾਂ ਨੂੰ ਸਾਹਿਬਾਂ ਦੀ ਅਪਾਰ ਰਹਿਮਤ ਅਤੇ ਬਖਸ਼ਿਸ਼ ਸਦਕਾ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਨਿਰੰਤਰ ਚੱਲ ਰਹੀ ਲੜੀਵਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਵਿਚਾਰ ਦੇ ਅਧੀਨ ਅੱਜ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ ਅਸ਼ਟਪਦੀ ਰਾਗ ਬਸੰਤ ਦੇ ਅੰਦਰ ਦਰਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 1188 ਦੇ ਉੱਪਰ ਸੁਭਾਏਮਾਨ ਅਸ਼ਟਪਦੀ ਦੇ ਅਖੀਰਲੇ ਚਾਰ ਪਦਿਆਂ ਦਾ ਪਾਠ ਆਪ ਜੀ ਨੇ ਸ਼੍ਰਵਣ ਕੀਤਾ ਹੈ ਔਰ ਅੱਜ ਕਿਰਪਾਨ ਅਤੇ ਕਲਮ ਦੇ ਧਨੀ ਸਿੱਖ ਕੌਮ ਦੇ ਮਹਾਨ ਸੂਰਬੀਰ ਜਰਨੈਲ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਵੀ ਅੱਜ ਜਨਮ ਦਿਹਾੜਾ ਹੈ। ਸਤਿਗੁਰੂ ਕਿਰਪਾ ਕਰਨ ਆਪਣੇ ਸੂਰਬੀਰ ਯੋਧੇ ਸਿੱਖ ਦੇ ਜੀਵਨ ਇਤਿਹਾਸ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਵਿਚਾਰ ਨਿਰੋਲ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਕਰਵਾ ਲੈਣ। ਬਖਸ਼ੋ ਅਸੀਸ ਸਰਬੱਤ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਸ਼ਬਦ ਦੀ ਆਰੰਭਕ ਪੰਕਤੀ ਦੇ ਵਿੱਚ ਆਪ ਭੁਲਾਏ ਕਿਸ ਕਹੋਂ ਜਾਏ ਗੁਰ ਮੇਲੇ ਬਿਰਥਾ ਕਹੋਂ ਮਾਏ। ਸਤਿਗੁਰੂ ਕਹਿੰਦੇ ਆਪ ਭੁਲਾਏ ਅਕਾਲ ਪੁਰਖ ਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਅਤੇ ਆਪ ਹੀ ਕੰਮ ਕਾਰ ਵਿੱਚ ਲਾਉਂਦਾ ਹੈ। ਹੁਣ ਜਿਵੇਂ ਜਿਵੇਂ ਦੇ ਕੰਮ ਕਰਮ ਮਨੁੱਖ ਕਰਦਾ ਹੈ ਬਿਲਕੁਲ ਉਸੇ ਤਰ੍ਹਾਂ ਦਾ ਜਿਹੜਾ ਫਲ ਹੈ ਉਹ ਮਾਲਕ ਹਰੇਕ ਵਿਅਕਤੀ ਨੂੰ ਹਰੇਕ ਮਨੁੱਖ ਨੂੰ ਦਿੰਦਾ ਹੈ। ਸਤਿਗੁਰੂ ਕਹਿੰਦੇ ਚਲਾ ਹਰ ਇੱਕ ਨੂੰ ਮਾਲਕ ਆਪਣੇ ਭਾਣੇ ਅਤੇ ਹੁਕਮ ਦੇ ਵਿੱਚ ਰਿਹਾ ਹੈ ਹਰੇਕ ਨੂੰ, ਪਰ ਆਪ ਭੁਲਾਏ ਕਿਸ ਕਹੋਂ ਜਾਏ ਵੀ ਜੇ ਉਹ ਭੁਲਾਉਣ ਵਾਲਾ ਵੀ ਰੱਬ ਹੈ ਫਿਰ ਮੈਂ ਕਿਹਦੇ ਅੱਗੇ ਤਰਲਾ ਕਰਾਂ ਜਾ ਕੇ, ਮੈਂ ਕਿਹਨੂੰ ਕਹਾਂ ਜਾ ਕੇ। ਆਪ ਭੁਲਾਏ ਕਿਸ ਕਹੋਂ ਜਾਏ, ਮੈਂ ਕਿਹਨੂੰ ਆਖਾਂ ਵੀ ਮੈਂ ਉਜੜੇ ਪਿਆ, ਮੇਰੇ ਕੰਮ ਸਹੀ ਨਹੀਂ, ਕਿਹਨੂੰ ਆਖਿਆ ਜਾਏ। ਫਿਰ ਹਜ਼ੂਰ ਅਗਲੀ ਪੰਕਤੀ ਦੇ ਵਿੱਚ ਗੱਲ ਕਰਦੇ ਨੇ ਗੁਰ ਮੇਲੇ ਬਿਰਥਾ ਕਹੋਂ ਮਾਏ। ਹੇ ਮੇਰੀ ਮਤ ਰੂਪੀ ਮਾਂ, ਜੇਕਰ ਜੀਵ ਉਜੜੇ ਪੈ ਜਾਂਦਾ, ਭੁੱਲ ਜਾਂਦਾ, ਭਟਕ ਜਾਂਦਾ, ਤੇ ਫਿਰ ਅਗਲੀ ਗੱਲ ਇਹ ਹੈ ਵੀ ਗੁਰ ਮੇਲੇ ਬਿਰਥਾ ਕਹੋਂ ਮਾਏ। ਆਪਣੀ ਬਿਰਥ ਹੈ ਜਿਹੜੀ ਉਹ ਕਿਸੇ ਬੰਦੇ ਕੋਲ ਨਹੀਂ, ਕਿਉਂਕਿ ਗੁਰਬਾਣੀ ਕਹਿੰਦੀ ਵੀ ਜਿਸ ਮਨੁੱਖ ਪੈ ਕਰੋ ਬੇਨੰਤੀ ਸੋ ਆਪਣੇ ਦੁੱਖ ਭਰਿਆ। ਜਿਹੜੇ ਬੰਦੇ ਅੱਗੇ ਮੈਂ ਬੇਨਤੀ ਕਰਾਂ ਉਹ ਤਾਂ ਆਪਣੇ ਦੁੱਖ ਨਾਲ ਭਰਿਆ ਹੋਇਆ, ਹਰੇਕ ਬੰਦਾ ਦੁਖੀ ਹੈ। ਇਸ ਕਰਕੇ ਹਜ਼ੂਰ ਕਹਿੰਦੇ ਗੁਰ ਮੇਲੇ ਬਿਰਥਾ ਕਹੋਂ ਮਾਏ। ਇਸ ਕਰਕੇ ਬਿਰਥਾ ਕਹੋਂ ਕੌਣ ਸਿਉਂ ਮਣ ਕੀ, ਲੋਭ ਗਰਸਿਓ ਦਸ ਹੂੰ ਦਿਸ਼ ਧਾਵਤ ਆਸਾ ਲਾਗਿਓ ਧਨ ਕੀ। ਬਿਰਥਾ ਕਹੋਂ ਕੌਣ ਸਿਉਂ ਮਣ, ਆਪਣੀ ਵਿਥਿਆ ਮਨ ਦੀ ਬਿਰਥਾ, ਆਪਣਾ ਦੁੱਖ ਆਪਣਾ ਦਰਦ ਕਿਹਦੇ ਅੱਗੇ ਖੋਲੀਏ। ਕਿਉਂਕਿ ਸੰਸਾਰ ਦੇ ਜੀਵਾਂ ਦੀ ਜਦੋਂ ਹਾਲਤ ਦੇਖਦੇ ਹਾਂ ਬਾਣੀਕਾਰ ਕਹਿੰਦੇ ਵੀ ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ। ਹਰੇਕ ਬੰਦੇ ਦੇ ਨਾਲ ਤੁਸੀਂ ਦੁੱਖ ਸਾਂਝਾ ਕਰੋ ਅਤੇ ਦੇਖਣ ਨੂੰ ਤਾਂ ਭਾਵੇਂ ਕੋਈ ਅਮੀਰ ਜਾਪਦਾ ਹੈ, ਭਾਵੇਂ ਕੋਈ ਬਹੁਤ ਸਾਨੂੰ ਪੁੱਗਿਆ ਹੋਇਆ ਜਾਪਦਾ,
ਜ਼ਮੀਨ ਹੋਵੇ ਜਾਇਦਾਦ ਕੋਠੀਆਂ ਕਾਰਾਂ ਪਲਾਟ ਹੋਣ ਪਰ ਉਹ ਬੰਦਾ ਦੁਖੀ ਹੈ। ਹੁਣ ਬੰਦੇ ਅੱਗੇ ਦੁੱਖ ਰੋਇਆ ਜਾਏ, ਸਤਿਗੁਰੂ ਕਹਿੰਦੇ ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ। ਦੁੱਖ ਹੈ ਕਹੋ ਸੁੱਖ ਅਗਲਾ ਮਨਮੁਖ ਬੂਝ ਨਾ ਹੋਏ। ਹੁਣ ਦੁੱਖ ਦੇ ਵਿੱਚੋਂ ਹੀ ਸੁੱਖ ਜਨਮ ਲੈਂਦਾ, ਸੁੱਖ ਚੋਂ ਹੀ ਦੁੱਖ, ਪਰ ਮਨਮੁਖ ਬੰਦੇ ਨੂੰ ਸਮਝ ਨਹੀਂ। ਹਜ਼ੂਰ ਕਹਿੰਦੇ ਬਿਰਥਾ ਕਹੋ ਕੌਣ ਸਿਓ ਮਣ ਕੀ, ਮੈਂ ਆਪਣੇ ਮਨ ਦੀ ਬਿਥਿਆ ਦੁੱਖ ਦਰਦ ਕਿਨੂੰ ਕਹਾਂ, ਕਿਉਂਕਿ ਲੋਭ ਗਰਸਿਓ ਦਸ ਹੂੰ ਦਿਸ਼ ਧਾਵਤ, ਆਸਾ ਲੱਗਿਓ ਧਨ ਕੀ। ਹਰੇਕ ਬੰਦਾ ਸਵਾਰਥੀ ਹੈ, ਹਰੇਕ ਮਾਇਆ ਧਾਰੀ ਹੈ, ਹਰੇਕ ਬੰਦਾ ਬਿਜ਼ਨਸ ਮਾਈਂਡਡ ਹੈ। ਉਹ ਸੋਚਦਾ ਵੀ ਮੈਨੂੰ ਨਫ਼ਾ ਕਿੱਥੇ ਹੈ ਅਤੇ ਨੁਕਸਾਨ ਕਿੱਥੇ ਹੈ। ਲਾਲਚੀ ਬੰਦਾ ਉਹਨੂੰ ਕੇਵਲ ਧਨ ਨਾਲ ਵੀ ਮੈਨੂੰ ਚਾਰ ਪੈਸੇ ਕਿੱਥੋਂ ਬਚਦੇ ਨੇ। ਲੋਭ ਗਰੱਸਿਓ ਲਾਲਚ ਨਾਲ ਗਰੱਸਿਆ ਹੋਇਆ, ਦਸ ਹੂੰ ਦਿਸ਼ ਧਾਵਤ ਦਸੇ ਦਿਸ਼ਾਵਾਂ 'ਚ ਦੌੜਦਾ, ਆਸਾ ਲੱਗਿਓ ਧਨ ਕੀ। ਬਿਰਥਾ ਕਹੋ ਕੌਣ ਸਿਓ ਮਣ ਕੀ, ਮੈਂ ਕਿਹਦੇ ਅੱਗੇ ਆਪਣੇ ਮਨ ਦੀ ਬਿਰਥਾ ਆਖਾਂ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਵੀ ਜੇਕਰ ਤੇਰੇ ਮਨ ਦਾ ਕੋਈ ਦੁੱਖ ਹੈ ਤਾਂ ਗੁਰੂ ਅੱਗੇ ਅਰਦਾਸ ਕਰ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਅਸੀਂ ਆਮ ਕਈ ਵਾਰੀ ਸਕੂਲਾਂ ਕਾਲਜਾਂ ਬੱਸਾਂ ਗੱਡੀਆਂ ਦੇ ਵਿੱਚ ਧਾਰਮਿਕ ਅਸਥਾਨਾਂ 'ਤੇ ਇਹ ਤਿੰਨ ਗੱਲਾਂ ਲਿਖੀਆਂ ਹੋਈਆਂ ਜ਼ਰੂਰ ਪੜ੍ਹਦੇ ਹਾਂ। ਪਹਿਲੀ ਗੱਲ ਹੈ ਸੁੱਖ ਵੇਲੇ ਸ਼ੁਕਰਾਨਾ, ਦੂਜੀ ਗੱਲ ਹੈ ਦੁੱਖ ਵੇਲੇ ਅਰਦਾਸ, ਅਤੇ ਤੀਜੀ ਗੱਲ ਹੈ ਹਰ ਵੇਲੇ ਸਿਮਰਨ। ਹੁਣ ਹੋ ਸਕਦਾ ਵੀ ਅਸੀਂ ਇਹ ਤਿੰਨੇ ਗੱਲਾਂ ਪੜ੍ਹ ਕੇ ਇਗਨੋਰ ਕਰ ਦਿੰਦੇ ਹੋਈਏ, ਪਰ ਆਪਣੀ ਜੀਵਨ ਅਤੇ ਜ਼ਿੰਦਗੀ ਦੇ ਅੰਦਰ ਕਦੇ ਕਮਾਈਆਂ ਨਾ ਆਉਣ। ਪਰ ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਦੇ ਕਨਸੈਪਟ ਦੇ ਮੁਤਾਬਕ ਇਹ ਤਿੰਨੇ ਗੱਲਾਂ ਨੇ ਵੀ ਸੁੱਖ ਹੋਵੇ ਅਤੇ ਸ਼ੁਕਰਾਨਾ, ਦੁੱਖ ਵੇਲੇ ਡੋਲਣਾ ਨਹੀਂ ਅਰਦਾਸ, ਅਤੇ ਹਰ ਵੇਲੇ ਸਿਮਰਨ। ਹੁਣ ਜੇ ਬੰਦਾ ਤਿੰਨੇ ਗੱਲਾਂ ਇਹ ਆਪਣੀ ਜ਼ਿੰਦਗੀ 'ਚ ਬੰਨ੍ਹ ਲਏ ਤਾਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਧਾਰਨੀ ਬਣ ਜਾਏਗਾ, ਨਹੀਂ ਤਾਂ ਨਹੀਂ। ਇਸ ਕਰਕੇ ਹਜ਼ੂਰ ਕਹਿੰਦੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਕੋਈ ਵੀ ਦੁੱਖ ਹੈ ਹਿਰਦੇ ਦਾ, ਕਿਉਂਕਿ ਬੰਦਾ ਤਾਂ ਹਰੇਕ ਹੀ ਦੁੱਖ ਨਾਲ ਭਰਿਆ ਹੋਇਆ, ਪਰ ਗੁਰੂ ਅੱਗੇ ਅਰਦਾਸ ਕਰ। ਹਜ਼ੂਰ ਨੇ ਤਾਂ ਹੀ ਆਖਿਆ ਗੁਰਬਾਣੀ ਦੇ ਵਿੱਚ ਵੀ ਗੋਹਜ ਗੱਲ ਜੀ ਕੀ ਕੀਚੈ ਗੁਰ ਕੈ ਪਾਸ, ਵੀ ਜੇ ਕੋਈ ਮਨ ਦੀ ਗੁੱਝੀ ਗੱਲ ਹੈ ਨਾ ਉਹ ਆਪਣੇ ਗੁਰੂ ਨਾਲ ਕਰ ਲੈ। ਹਜ਼ੂਰ ਕਹਿੰਦੇ ਪਹਿਲਾ ਸਵਾਲ ਇਹ ਹੈ ਵੀ ਆਪ ਭੁਲਾਏ ਬੰਦੇ ਦੇ ਵਿਚਾਰ ਹੀ ਇਹ ਹੁੰਦੇ ਨੇ। ਜਦੋਂ ਪੁੱਛੋ ਵੀ ਭਾਈ ਸਾਹਿਬ ਜੀ ਖੰਡੇ ਬਾਟੇ ਦੀ ਪੌੜ ਲੈ ਲਓ, ਅਤੇ ਬੰਦਾ ਇਹ ਗੱਲ ਕਹਿੰਦਾ ਵੀ ਜਦੋਂ ਗੁਰੂ ਦੀ ਕਿਰਪਾ ਹੋਵੇਗੀ ਤਾਂ ਉਦੋਂ ਲੈ ਲਾਂਗੇ। ਜਦੋਂ ਗੁਰੂ ਸਾਹਿਬ ਹੁਕਮ ਕਰਨਗੇ ਤਾਂ ਉਦੋਂ ਆਹ ਕੰਮ ਕਰ ਲਾਂਗੇ, ਜਿਹੜਾ ਧਰਮ ਵਾਲਾ ਹੁੰਦਾ। ਇਹ ਹਰੇਕ ਬੰਦਾ ਕਹਿੰਦਾ ਵੀ ਜਦੋਂ ਗੁਰੂ ਦੀ ਕਿਰਪਾ ਹੋਵੇਗੀ, ਗੁਰੂ ਦਾ ਹੁਕਮ ਹੋਵੇਗਾ, ਉਦੋਂ ਕਰ ਲਾਂਗੇ। ਹੁਣ ਕਈ ਵਾਰੀ ਬੰਦਾ ਇਹ ਕਹਿ ਦਿੰਦਾ ਵੀ ਜੇ ਕਰਨ ਕਾਰਨ ਸਮਰੱਥ ਰੱਬ ਹੈ ਪਰਮਾਤਮਾ ਹੈ, ਫਿਰ ਜਿਹੜੇ ਨਸ਼ਾ ਕਰ ਰਹੇ ਨੇ ਇਹ ਵੀ ਕੀ ਇਹਦੇ ਹੁਕਮ 'ਚ ਕਰ ਰਹੇ ਨੇ ਰੱਬ ਦੇ? ਜਿਹੜੇ ਸ਼ਰਾਬ ਪੀ ਰਹੇ ਨੇ ਕੀ ਉਹ ਰੱਬ ਦੇ ਹੁਕਮ 'ਚ? ਠੱਗੀਆਂ ਰਿਸ਼ਵਤਖੋਰੀ ਭ੍ਰਿਸ਼ਟਾਚਾਰ ਇੰਨਾ ਵੱਧ ਗਿਆ, ਕੀ ਉਹ ਰੱਬ ਦੀ ਰਜ਼ਾ? ਨਹੀਂ, ਬਿਲਕੁਲ ਨਹੀਂ। ਹਜ਼ੂਰ ਕਹਿੰਦੇ ਵੀ ਜੇ ਬੰਦੇ ਦੀ ਸੋਚ ਇਹ ਹੈ ਨਾ ਵੀ ਆਪ ਭੁਲਾਏ, ਵੀ ਉਜੜੇ ਪਾਉਣ ਵਾਲਾ ਵੀ ਭੁਲਾਉਣ ਵਾਲਾ ਵੀ ਰੱਬ ਹੈ, ਕਿਸ ਕਹੋਂ ਜਾਏ, ਫਿਰ ਕਿਹਨੂੰ ਜਾ ਕੇ ਆਖੀਏ? ਸਵਾਲ ਪੈਦਾ ਹੁੰਦਾ ਨਾ ਵੀ ਜੇ ਸੁੱਖ ਦੇਣ ਵਾਲਾ ਰੱਬ ਹੈ ਤਾਂ ਦੁੱਖ ਦੇਣ ਵਾਲਾ ਵੀ ਉਹੀ ਹੈ, ਜੇ ਖੁਸ਼ੀ ਦੇਣ ਵਾਲਾ ਉਹ ਹੈ ਤਾਂ ਗਮੀ ਦੇਣ ਵਾਲਾ ਵੀ ਉਹੀ ਹੈ, ਫਿਰ ਕਿਹਨੂੰ ਜਾ ਕੇ ਆਖੀਏ? ਫਿਰ ਸਤਿਗੁਰੂ ਜਵਾਬ ਦਿੰਦੇ ਨੇ, ਕਹਿੰਦੇ ਗੁਰ ਮੇਲੇ ਬਿਰਥਾ ਕਹੋਂ ਮਾਏ, ਗੁਰੂ ਮਿਲਾਉਣ ਵਾਲਾ ਹੈ
ਗੁਰੂ ਚੰਗਾ ਰਸਤਾ ਦੱਸਣ ਵਾਲਾ, ਗੁਰੂ ਚੰਗਾ ਮਾਰਗ ਦੱਸਦਾ ਹੈ। ਇਸ ਕਰਕੇ ਗੁਰੂ ਅੱਗੇ ਆਪਣੀ ਮਨ ਦੀ ਵਿਥਿਆ ਦੱਸ। 11 ਭੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਰਜ ਹੈ। 11 ਭੱਟ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਆਏ ਔਰ ਉਹਨਾਂ ਨੇ ਆ ਕੇ ਪਹਿਲੇ 5 ਗੁਰੂ ਸਾਹਿਬਾਨਾਂ ਦੀ ਉਸਤਤ ਦੇ ਵਿੱਚ ਸਵਈਏ ਉਚਾਰਨ ਕੀਤੇ, ਜੋ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੁਰਬਾਣੀ 'ਚ ਦਰਜ ਕੀਤੇ। ਭੱਟਾਂ ਦੇ ਸਵਈਆਂ ਦੇ ਵਿੱਚ ਇੱਕ ਸਵਈਆ ਹੈ, ਉਹ ਕਹਿੰਦੇ ਰਹੇ ਉਹ ਸੰਤ ਹੋਂ ਟੋਲ ਸਾਧ ਬੋ ਤੇਰੇ ਡਿੱਠੇ, ਸੰਨਿਆਸੀ ਤਪੱਸਈ ਮੁੱਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹਾਂ ਫਿਰਿਓ ਕਿਨੈ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿੰਨ ਕੇ ਗੁਣ ਹਾਂ ਕਿਆ ਕਹੋ, ਗੁਰਦਈ ਮਿਲਾਇਓ ਭਿਖਿਆ ਜਿਵ ਤੂੰ ਰੱਖੈ ਤਿਵ ਰਹੋ। ਹੁਣ ਇਸ ਸਵਈਏ ਦੇ ਵਿੱਚ ਭੱਟਾਂ ਨੇ ਆਪਣੀ ਵਿਥਿਆ ਦੱਸੀ। ਉਹ ਕਹਿੰਦੇ ਰਹੇ ਉਹ ਸੰਤ ਹਾਂ ਟੋਲ, ਅਸੀਂ ਬੜੀ ਭਾਲ ਕੀਤੀ, ਬੜਾ ਟੋਲਿਆ, ਬੜਾ ਲੱਭਿਆ ਵੀ ਸਤਿਗੁਰੂ ਸਾਨੂੰ ਕੋਈ ਪੂਰਾ ਸਤਿਗੁਰੂ ਸੰਤ ਮਿਲ ਜਾਏ ਜਿਹੜਾ ਰੱਬ ਨਾਲ ਮਿਲਾ ਦੇ। ਰਹੇ ਉਹ ਸੰਤ ਹਾਂ ਟੋਲ ਸਾਧ ਬਹੁ ਤੇਰੇ ਡਿੱਠੇ, ਵੀ ਤੇਰਾ ਨਾਮ ਵਰਤਣ ਵਾਲੇ ਵੀ ਬਹੁਤ ਵੇਖੇ, ਜਿਹੜਾ ਨਾਨਕ ਨਾਮ ਵੀ ਵਰਤਦੇ ਸਨ। ਸਾਧ ਬਹੁ ਤੇਰੇ ਡਿੱਠੇ, ਕਹਿੰਦੇ ਸੰਨਿਆਸੀ ਤਪੱਸਈ ਮੁੱਖੋਂ ਇਹ ਪੰਡਿਤ ਮਿੱਠੇ, ਆਪਣੇ ਆਪ ਨੂੰ ਬੜੇ ਸੰਨਿਆਸੀ ਵੀ ਕਹਿੰਦੇ ਸਨ, ਤਪੱਸਵੀ ਵੀ, ਪਰ ਮੂੰਹੋਂ ਮਿੱਠੇ ਬੋਲ ਵੀ ਬੋਲਦੇ ਸਨ। ਮੁੱਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹਉ ਫਿਰਿਓ ਕਿਨੈ ਨੇ ਪਰਚੋ ਲਾਇਓ। ਸਾਨੂੰ ਸਾਲ ਹੋ ਗਿਆ ਦਿਸਦੇ ਤੇ ਭਾਵੇਂ ਉਹ ਧਰਮੀ ਸਨ, ਬਾਣਾ ਧਰਮੀਆਂ ਵਾਲਾ ਸੀ, ਗੱਲਾਂ ਗਿਆਨ ਦੀਆਂ ਸਨ, ਤਪੱਸਵੀ ਬੜੇ ਪ੍ਰਤੀਤ ਹੁੰਦੇ ਸਨ, ਪਰ ਉਹਨਾਂ ਦੇ ਗੁਣ ਅੰਦਰ ਇੱਕ ਵੀ ਨਹੀਂ ਸੀ ਜੋ ਕਹਿ ਰਹੇ ਸਨ। ਜਿਹੜੀ ਗੱਲ ਸਤਿਗੁਰੂ ਨੇ ਗੁਰਬਾਣੀ 'ਚ ਆਖੀ ਵੀ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਅਨ, ਸਿਮਲ ਰੁੱਖ ਸਰੀਰ ਮੈਂ ਮਹਿਜਣ ਦੇਖ ਭੁਲੰਨ, ਸੇ ਫਲ ਕੰਮ ਨਾ ਆਵਣੀ ਤੈ ਗੁਣ ਮੈਂ ਤਨ ਹਨ, ਅੰਧਲੇ ਭਾਰ ਉਠਾਇਆ ਡੂੰਗਰ ਵਾਟ ਬਹੁਤ, ਅੱਖੀਂ ਲੋਹੜੀ ਨਾ ਲਹਾਂ ਹਉ ਚੜ ਲੰਘਾਂ ਕਿਤ, ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿੱਤ। ਹੁਣ ਇਹ ਜਿਹੜਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਜਣ ਦੇ ਪ੍ਰਥਾਏ ਉਚਾਰਿਆ। ਬੰਦਾ ਢੌਂਗ ਰਚ ਸਕਦਾ ਧਰਮੀਆਂ ਵਾਲਾ, ਪਰ ਉਹ ਧਰਮੀ ਨਹੀਂ। ਇਸ ਕਰਕੇ ਗੁਰਬਾਣੀ ਵਿੱਚ ਸਤਿਗੁਰੂ ਨੇ ਵਾਰ ਵਾਰ ਜ਼ਿਕਰ ਕੀਤਾ ਹੈ ਵੀ ਜਦੋਂ ਰੱਬ ਦੇ ਨਾਲ ਮਿਲਣ ਦੀ ਗੱਲ ਆਉਂਦੀ ਨਾ, ਉਦੋਂ ਗੁਰੂ ਨੇ ਮਿਲਾਉਣਾ। ਗੁਰੂ ਨੇ ਜਿਹੜੀ ਅੱਜ ਗੱਲ ਹਜ਼ੂਰ ਨੇ ਆਖੀ ਹੈ, ਗੁਰ ਮਿਲੇ ਬਿਰਥਾ ਕਹੋ ਮਾਏ, ਵੀ ਗੁਰੂ ਮਿਲਾ ਸਕਦਾ ਮੈਨੂੰ ਰੱਬ ਨਾਲ, ਕੋਈ ਸਰੀਰ ਨਹੀਂ। ਇਸ ਕਰਕੇ ਹਜ਼ੂਰ ਨੇ ਜਿਹੜੀ ਗੱਲ ਕੀਤੀ ਵੀ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਇੱਕ ਵਿਦਵਾਨ ਨੇ ਸਮਝਾਉਣ ਵਾਸਤੇ ਗੱਲ ਬੜੀ ਕਮਾਲ ਦੀ ਲਿਖੀ। ਉਹ ਕਹਿੰਦਾ ਵੀ ਇੱਕ ਸਰੋਵਰ ਦੇ ਵਿੱਚ ਮੱਛੀਆਂ ਸਨ। ਵੈਸੇ ਸਮਝਣ ਵਾਸਤੇ ਨਾ ਕਦੀ ਮੱਛੀ ਬੋਲਦੀ ਹੈ ਅਤੇ ਨਾ ਕਦੀ ਬਗਲਾ ਬੋਲਦਾ, ਸਮਝਾਉਣ ਵਾਸਤੇ। ਜਿਵੇਂ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਦੇ ਵਿੱਚ ਇਹ ਜ਼ਿਕਰ ਕੀਤਾ ਭਗਤਾਂ ਨੇ ਵੀ ਕਾਲੀ ਕੋਇਲ ਤੋਂ ਕਿੱਤ ਗੁਣ ਕਾਲੀ, ਪੁੱਛਿਆ ਵੀ ਕਾਲੀ ਕੋਇਲ ਤੂੰ ਕਿਉਂ ਕਾਲੀ ਹੈ, ਉਹ ਕਹਿੰਦੀ ਵੀ ਆਪਣੇ ਪ੍ਰੀਤਮ ਕਹਿ ਹਉ ਬਿਰ ਹੈ ਜਾਲੀ, ਵੀ ਮੇਰਾ ਰੱਬ ਨਾਲੋਂ ਪ੍ਰੀਤਮ ਖਸਮ ਨਾਲੋਂ ਵਿਛੋੜਾ ਪੈ ਗਿਆ ਅਤੇ ਇਸ ਕਰਕੇ ਮੈਂ ਕਾਲੀ ਹੋ ਗਈ ਹਾਂ। ਜਿਵੇਂ ਗੁਰੂ ਨਾਨਕ ਸਾਹਿਬ ਇੱਕ ਤਲਾਅ ਦੀ ਗੱਲ ਕਰਦੇ ਨੇ ਗੁਰਬਾਣੀ 'ਚ, ਕਵਲਾ ਕੰਚਨ ਵੰਨ ਕਹਿ ਦੁਖੜੈ ਸੜਿਓ ਹੇ ਕਾਲੀ ਹੋਈ ਆ ਦੇਹਰੀ, ਉਹ ਕਹਿੰਦਾ ਵੀ ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ, ਜਿੱਤ ਡਿੱਠ ਹੈ ਤਨ ਪਰਫੜੈ ਚੜ੍ਹੈ ਚਵੱਗਣ ਵੰਨ। ਹੁਣ ਸਰੋਵਰ ਨਹੀਂ ਬੋਲਦਾ,
ਪਰ ਭਾਵ ਕੀ ਹੈ, ਉਹਦਾ ਸੈਂਸ ਕੀ ਹੈ ਉਹਦੇ 'ਚੋਂ? ਉਹ ਕੇਵਲ ਅਸੀਂ ਸਿੱਖਿਆ ਲੈਣੀ ਹੁੰਦੀ, ਸਿੱਖਿਆ। ਕਹਿੰਦੇ ਵੀ ਸਰੋਵਰ ਦੇ ਵਿੱਚ ਮੱਛੀਆਂ ਸਨ, ਅਤੇ ਇੱਕ ਦਿਨ ਕੀ ਹੋਇਆ ਵੀ ਬਗਲੇ ਨੇ ਆ ਕੇ ਉਹਨਾਂ ਮੱਛੀਆਂ ਨੂੰ ਇਹ ਗੱਲ ਆਖੀ, ਕਹਿਣ ਲੱਗਾ ਵੀ ਇਹ ਸਰੋਵਰ ਦਾ ਪਾਣੀ ਜਿਹਦੇ ਵਿੱਚ ਤੁਸੀਂ ਬੜੇ ਲੰਮੇ ਸਮੇਂ ਤੋਂ ਰਹਿ ਰਹੀਆਂ ਹੋ, ਇਹ ਪਾਣੀ ਥੋੜ੍ਹੇ ਦਿਨਾਂ ਨੂੰ ਸੁੱਕ ਜਾਣਾ। ਇਹ ਛੋਟਾ ਜਿਹਾ ਨਿੱਕਾ ਜਿਹਾ ਸਰੋਵਰ ਹੈ ਇੱਕ, ਅਤੇ ਇਸ ਤਰ੍ਹਾਂ ਕਰਦਾ ਵੀ ਮੈਂ ਤੁਹਾਨੂੰ ਇਕੱਲੀ ਇਕੱਲੀ ਨੂੰ ਲਿਜਾ ਕੇ ਅਤੇ ਨਾਲ ਇੱਕ ਬਹੁਤ ਵੱਡਾ ਸਰੋਵਰ ਹੈ ਤਲਾਅ, ਉਹਦੇ 'ਚ ਸੁੱਟ ਦੇਣਾ। ਇਹਨੇ ਤਾਂ ਸੁੱਕ ਜਾਣਾ, ਇਹ ਸੁੱਕਿਆ ਤਾਂ ਤੁਹਾਡੀ ਮੌਤ ਹੋ ਜਾਣੀ ਹੈ। ਉਹ ਲਿਖਦਾ, ਉਹ ਕਹਿੰਦਾ ਫਿਰ ਉਹਨਾਂ ਮੱਛੀਆਂ ਨੇ ਜਾ ਕੇ ਜਿਹੜੀ ਸਭ ਤੋਂ ਉਹਨਾਂ ਦੀ ਵੱਡੀ ਸੀ ਮੱਛੀ ਆਗੂ ਸੀ, ਉਹਨੂੰ ਕਹਿੰਦੀਆਂ ਵੀ ਅਸੀਂ ਉਹਨੂੰ ਪੁੱਛ ਕੇ ਆਉਂਦੀ ਹਾਂ ਅਤੇ ਫਿਰ ਤੈਨੂੰ ਦੱਸਦੀਆਂ ਵੀ ਅਸੀਂ ਦੂਜੇ ਸਰੋਵਰ 'ਚ ਜਾਣਾ ਕਿ ਨਹੀਂ। ਉਹਨਾਂ ਜਾ ਕੇ ਸਿਆਣੀ ਨੂੰ ਪੁੱਛਿਆ ਵੀ ਇੱਕ ਸਾਨੂੰ ਇਹ ਗੱਲ ਕਹਿ ਰਿਹਾ ਵੀ ਤੁਹਾਨੂੰ ਮੈਂ ਲਿਜਾ ਕੇ ਨਾਲ ਦੇ ਸਰੋਵਰ ਤਲਾਬ ਵਿੱਚ ਸੁੱਟ ਦੇਣਾ, ਇਹਦਾ ਪਾਣੀ ਥੋੜ੍ਹੇ ਦਿਨਾਂ ਤੱਕ ਸੁੱਕ ਜਾਣਾ ਅਤੇ ਤੁਹਾਡੀ ਮੌਤ ਹੋ ਜਾਣੀ। ਉਹਨੇ ਪੁੱਛਿਆ ਵੀ ਉਹ ਹੈ ਕਿਵੇਂ ਦਾ? ਕਹਿੰਦੀਆਂ ਉਹਦੀਆਂ ਲੰਮੀਆਂ ਲੰਮੀਆਂ ਲੱਤਾਂ ਅਤੇ ਲੰਮੀ ਜੀ ਚੁੰਝ ਹੈ ਅਤੇ ਉਹਦਾ ਰੰਗ ਬੜਾ ਚਿੱਟਾ। ਉਹਨੇ ਆਖਿਆ ਵੀ ਉਹ ਤਾਂ ਉਹੀ ਬਗਲਾ ਹੈ ਜਿਹਦੇ ਤੋਂ ਸਾਡੀ ਜਾਨ ਨੂੰ ਖਤਰਾ, ਵੀ ਅਸੀਂ ਨਹੀਂ ਜਾਣਾ। ਉਹਨਾਂ ਇਨਕਾਰ ਕਰ ਦਿੱਤਾ ਜਿਹੜੀ ਵੱਡੀ ਮੱਛੀ ਸੀ ਵੀ ਨਹੀਂ ਅਸੀਂ ਨਹੀਂ ਜਾਣਾ। ਬਗਲੇ ਨੇ ਇਹ ਗੱਲ ਉਹਨਾਂ ਮੱਛੀਆਂ ਨੂੰ ਆਖੀ। ਉਹ ਸਾਖੀਕਾਰ ਲਿਖਦਾ ਵੀ ਜੇ ਵੱਡੀ ਨੇ ਨਹੀਂ ਜਾਣਾ ਰਹਿਣ ਦਿਓ ਉਹਨੂੰ, ਵੀ ਇਹਨੇ ਤਾਂ ਜਿੰਨੀ ਉਮਰ ਭੋਗ ਲਈ ਪਤਾ ਨਹੀਂ ਇਹਦੀ ਬਾਕੀ ਹੈ ਵੀ ਕਿ ਨਹੀਂ, ਔਰ ਤੁਹਾਡੀ ਅਜੇ ਉਮਰ ਬਹੁਤੀ ਨਹੀਂ ਅਤੇ ਮੈਂ ਤੁਹਾਨੂੰ ਛੱਡ ਦੇਣਾ ਉੱਥੇ ਅਤੇ ਸਰੋਵਰ ਸੁੱਕ ਜਾਣਾ। ਹੋਇਆ ਕੀ ਵੀ ਉਹ ਮੰਨ ਗਈਆਂ। ਕਹਿੰਦੀਆਂ ਵੀ ਵੱਡੀ ਨੇ ਆਪਣੀ ਉਮਰ ਸਾਡੇ ਨਾਲੋਂ ਜ਼ਿਆਦਾ ਭੋਗ ਲਈ ਹੈ ਅਤੇ ਸਾਡੀ ਅਜੇ ਉਮਰ ਬੜੀ ਹੈ, ਵੀ ਅਸੀਂ ਥੋੜ੍ਹਾ ਮਰਨਾ ਐਵੇਂ ਅਨਿਆਈ ਮੌਤੇ। ਕਹਿੰਦੀਆਂ ਵੀ ਸਾਨੂੰ ਛੱਡ ਆ। ਉਹ ਸਾਖੀਕਾਰ ਲਿਖਦਾ ਉਸ ਬਗਲੇ ਨੇ ਇੱਕ ਮੱਛੀ ਨੂੰ ਉਸ ਤਲਾਅ 'ਚ ਚੁੱਕਣਾ, ਦਰਖਤ 'ਤੇ ਬਹਿ ਕੇ ਉਹਨੇ ਮੱਛੀ ਨੂੰ ਖਾ ਕੇ ਅਤੇ ਪਿੰਜਰ ਹੇਠਾਂ ਸੁੱਟ ਦੇਣਾ। ਰੋਜ਼ਾਨਾ ਜਾਣਾ ਦੂਜੀ ਚੁੱਕ ਲਿਆਉਣੀ ਅਤੇ ਉਹਨੇ ਮੱਛੀ ਨੂੰ ਖਾ ਕੇ ਅਤੇ ਪਿੰਜਰ ਹੇਠਾਂ ਸੁੱਟ ਦੇਣਾ। ਰੋਜ਼ ਦਿਹਾੜੀ ਇਹ ਸਿਲਸਿਲਾ ਚੱਲਦਾ ਰਿਹਾ। ਜਦੋਂ ਤਲਾਅ ਖਾਲੀ ਹੋਣ 'ਤੇ ਆ ਗਿਆ ਅਤੇ ਜਿਹੜੀ ਉਹਨਾਂ ਦੀ ਆਗੂ ਸੀ ਵੱਡੀ ਮੱਛੀ, ਉਹਨੇ ਆਖਿਆ ਵੀ ਮੈਂ ਇੱਥੇ ਇਕੱਲੀ ਰਹਿ ਗਈ ਹਾਂ, ਸਾਰੀਆਂ ਇੱਥੋਂ ਚਲੀਆਂ ਗਈਆਂ, ਅਤੇ ਮੈਂ ਵੀ ਕਿੰਨਾ ਚੰਗਾ ਹੋਵੇ ਜੇ ਉਹਨਾਂ ਨਾਲ ਜਾ ਕੇ ਰਲ ਜਾਂ। ਉਹਨੇ ਆਖਿਆ ਵੀ ਮੈਨੂੰ ਵੀ ਲੈ ਚੱਲ। ਬਗਲੇ ਨੇ ਉਹਨੂੰ ਚੁੱਕਿਆ ਜਿਹੜੀ ਸਿਆਣੀ ਸੀ, ਲਿਆ ਕੇ ਦਰਖਤ ਦੀ ਟਾਹਣੀ ਦੇ ਵਿੱਚ ਜਦੋਂ ਫਸਾ ਦਿੱਤਾ, ਕਹਿਣ ਲੱਗਾ ਵੀ ਹੁਣ ਮੇਰੀ ਸਲਾਹ ਵੀ ਇੱਥੇ ਸਾਹ ਲੈ ਲਈਏ। ਉਹ ਕਹਿੰਦੀ ਅਗਾਂਹ ਕਿੰਨਾ ਕੁ ਰਹਿ ਗਿਆ ਜਿੱਥੇ ਪਹੁੰਚਣਾ? ਉਹ ਕਹਿੰਦਾ ਵੀ ਅਗਾਂਹ ਤਾਂ ਇਦੋਂ ਥੋੜ੍ਹਾ ਹੀ ਹੈ, ਉਹ ਤਾਂ ਪਾਣੀ ਤੋਂ ਬਿਨਾਂ ਅੱਧੀ ਕੌਮ ਹੀ ਮਰੀ ਹੋਈ ਸੀ। ਉਹ ਕਹਿੰਦਾ ਵੀ ਉੱਧਰ ਥੱਲੇ ਵੇਖ, ਤੇਰੇ ਨਾਲ ਦੀਆਂ ਦੇ ਪਿੰਜਰ ਪਏ ਨੇ, ਸਰੀਰ ਨਹੀਂ ਅਤੇ ਵਾਰੀ ਤੇਰੀ ਵੀ ਆਉਣ ਵਾਲੀ ਹੈ। ਬਸ ਹੋ ਸਾਡੇ ਨਾਲ ਵੀ ਬਿਲਕੁਲ ਇਸੇ ਤਰ੍ਹਾਂ ਰਿਹਾ। ਧਰਮ ਦਾ ਬਾਣਾ ਪਾਉਣ ਵਾਲੇ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਹੈ, ਬਾਣਾ ਭਾਵੇਂ ਚਿੱਟਾ ਪਰ ਕੰਮ ਬਗਲਿਆਂ ਵਾਲੇ ਨੇ, ਹੰਸਾਂ ਵਾਲੇ ਨਹੀਂ। ਇਹ ਗੁਰਬਾਣੀ ਦਾ ਬਚਨ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਬੱਗਾ ਬੱਗੇ ਕੱਪੜੇ। ਬਗਲਾ ਕੌਣ ਹੈ? ਬਾਬਾ। ਉਹ ਇਹ ਗੱਲ ਕਹਿੰਦਾ ਵੀ ਕਿਰਪਾ ਕਿਵੇਂ ਆਏਗੀ? ਕਭੀ ਕੇਲਾ ਖਾਇਆ ਆਪਣੇ? ਕਹਿੰਦਾ ਜੀ ਨਹੀਂ, ਪਰਸੋਂ ਖਾਧਾ ਸੀ। ਕਿੰਨਾ ਖਾਧਾ ਸੀ? ਅੱਧਾ ਖਾਧਾ ਸੀ। ਉਹ ਕਹਿੰਦਾ ਪੂਰਾ ਖਾਇਆ ਕਰੋ ਨਾ, ਕਿਰਪਾ ਆਉਣੀ ਸ਼ੁਰੂ ਹੋ ਜਾਏਗੀ। ਕਹਿੰਦਾ ਅੱਧਾ ਕਿਉਂ ਨਹੀਂ ਖਾਧਾ? ਕਹਿੰਦਾ ਅੱਧਾ ਖਰਾਬ ਸੀ, ਹੁਣ ਬਿਮਾਰੀ ਹੀ ਲਵਾਉਣੀ ਜੇ ਅੱਧਾ ਹੋਰ ਖਾਏਗਾ। ਕਾਂ ਰਹਿਤੇ ਹੋ ਰਾਂਚੀ ਮੇਂ? ਹਾਂ।